ਅਸੀਂ ਕਿਸੇ ਇਨਸਾਨ ਦੇ ਝੂਠ ਨੂੰ ਕਿਸ ਤਰ੍ਹਾਂ ਫੜ ਸਕਦੇ ਹਾਂ? ਕੁਦਰਤੀ ਆਕਸੀਜਨ ਅਤੇ ਸਿਲੰਡਰ ਵਿੱਚ ਮੌਜੂਦ ਆਕਸੀਜਨ ਦੇ ਵਿੱਚ ਕੀ ਫਰਕ ਹੁੰਦਾ ਹੈ? ਇਲਨ ਮਸਕ ਕਿਸ ਡਰ ਦੇ ਕਾਰਨ 6 ਮਹੀਨੇ ਬਾਅਦ ਆਪਣਾ ਫੋਨ ਬਦਲ ਦਿੰਦੇ ਨੇ? ਕੀ ਤੁਸੀਂ ਦੁਨੀਆ ਦੀ ਸਭ ਤੋਂ ਗੋਲ ਚੀਜ਼ ਬਾਰੇ ਜਾਣਦੇ ਹੋ ਤੇ ਉਸ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ? ਸੋਨੇ ਦੇ ਵਿੱਚ ਜਿਹੜੇ 24 ਅਤੇ 22 ਕੈਰਟ ਹੁੰਦੇ ਨੇ ਇਹਨਾਂ ਦੇ ਵਿੱਚ ਕੀ ਫਰਕ ਹੁੰਦਾ ਹੈ? ਅਜਿਹੀ ਰੋਚਕ ਤੱਤ ਜਾਣਨ ਲਈ ਜੁੜੇ ਰਹੋ ਮੇਰੇ ਨਾਲ। ਮੈਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਜੋ ਟੀਵੀ। ਤੁਸੀਂ ਇਸ ਫੋਟੋ ਦੇ ਵਿੱਚ ਦੇਖ ਸਕਦੇ ਹੋ ਇੱਕ ਦਰਖਤ ਦਾ ਪੱਤਾ ਸੁੱਕ ਕੇ ਬਿਲਕੁਲ ਡੈੱਡ ਹੋ ਗਿਆ ਸੀ, ਪਰ ਫਿਰ ਵੀ ਕਿਸੇ ਕਾਰਨ ਇਸ ਦੇ ਉੱਪਰ ਮੀਂਹ ਦੇ ਦਿਨਾਂ ਦੇ ਵਿੱਚ ਮਸ਼ਰੂਮ ਉੱਗ ਗਏ। ਜਿਸ ਤਰ੍ਹਾਂ ਮਸ਼ਰੂਮ ਇਸ ਦੇ ਉੱਪਰ ਪਰਫੈਕਟ ਸ਼ੇਪ ਦੇ ਵਿੱਚ ਉੱਗੇ ਨੇ, ਉਹ ਇਸ ਫੋਟੋ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾ ਦਿੰਦੇ ਨੇ। ਇਹ ਇੱਕ ਲਾਈਫ ਹੈਕ ਹੈ ਕਿ ਜੇਕਰ ਤੁਸੀਂ ਬਾਲਟੀ ਜਾਂ ਟੱਬ ਭਰਨਾ ਹੈ ਆਪਣੇ ਵਾਸ਼ਵੇਸ਼ਨ ਤੋਂ, ਤੇ ਵਾਸ਼ਵੇਸ਼ਨ ਦੇ ਵਿੱਚ ਜੇਕਰ ਬਾਲਟੀ ਦਾ ਟੱਬ ਫਿੱਟ ਨਹੀਂ ਹੁੰਦਾ ਤਾਂ ਤੁਹਾਡੇ ਘਰ ਦੇ ਵਿੱਚ ਡਸਟਪੈਨ ਤਾਂ ਜ਼ਰੂਰ ਹੋਵੇਗਾ। ਤੁਸੀਂ ਇਸ ਤਰ੍ਹਾਂ ਡਸਟਪੈਨ ਨੂੰ ਆਪਣੇ ਵਾਸ਼ਵੇਸ਼ਨ ਵਾਲੀ ਟੂਟੀ ਦੇ ਅੱਗੇ ਲਗਾ ਦਿਓ ਤੇ ਇਸ ਤਰ੍ਹਾਂ ਤੁਹਾਡੀ ਬਾਲਟੀ ਜਾਂ ਟੱਬ ਪਾਣੀ ਦੇ ਨਾਲ ਭਰ ਜਾਵੇਗਾ। ਇਸ ਸੱਚੀ ਘਟਨਾ ਨੂੰ ਸੁਣ ਕੇ ਤੁਹਾਡਾ ਹੈਰਾਨ ਹੋਣਾ ਲਾਜ਼ਮੀ ਹੈ। 1914 ਦੇ ਵਿੱਚ ਜਰਮਨੀ ਦੇ ਬਰਲਿਨ ਦੇ ਵਿੱਚ ਇੱਕ ਔਰਤ ਆਪਣੀ ਭੈਣ ਦੇ ਅੰਤਮ ਸੰਸਕਾਰ ਤੇ ਲੇਟ ਪਹੁੰਚੀ ਸੀ, ਜਿਸ ਕਰਕੇ ਉਹ ਆਪਣੀ ਭੈਣ ਨੂੰ ਆਖਰੀ ਵਾਰ ਅਲਵਿਦਾ ਨਹੀਂ ਕਹਿ ਸਕੀ ਤੇ ਉਹ ਕਬਰਸਤਾਨ ਦੇ ਵਿੱਚ ਪਹੁੰਚ ਕੇ ਜਿੱਦ ਕਰਨ ਲੱਗੀ ਕਿ ਮੇਰੀ ਭੈਣ ਨੂੰ ਕਬਰ ਤੋਂ ਬਾਹਰ ਕੱਢੋ, ਮੈਂ ਆਖਰੀ ਵਾਰ ਉਸ ਨੂੰ ਮਿਲਣਾ ਹੈ, ਤੇ ਸਾਰਿਆਂ ਨੂੰ ਆਖਰਕਾਰ ਉਸ ਦੀ ਗੱਲ ਮੰਨਣੀ ਪਈ। ਤੇ ਜਦੋਂ ਉਸ ਦੀ ਭੈਣ ਨੂੰ ਕਬਰ ਦੇ ਵਿੱਚ ਪਏ ਬਾਕਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਸ ਦੀ ਭੈਣ ਨੂੰ ਅਜਿਹਾ ਲੱਗਿਆ ਕਿ ਉਸ ਦੀ ਮਰੀ ਹੋਈ ਭੈਣ ਜਿਵੇਂ ਮੁਸਕਰਾ ਰਹੀ ਹੈ, ਤਾਂ ਉਹ ਉੱਥੇ ਰੌਲਾ ਪਾਉਣ ਲੱਗ ਗਈ ਕਿ ਮੇਰੀ ਭੈਣ ਜਿਉਂਦੀ ਹੈ, ਇਸ ਨੂੰ ਕਬਰ ਦੇ ਵਿੱਚ ਨਾ ਦਫਨਾਓ। ਪਰ ਉੱਥੇ ਮੌਜੂਦ ਲੋਕ ਸਾਰੇ ਇਹ ਗੱਲ ਕਹਿਣ ਲੱਗੇ ਕਿ ਇਹ ਸਦਮੇ ਦੇ ਵਿੱਚ ਅਜਿਹਾ ਬੋਲ ਰਹੀ ਹੈ, ਤੇ ਕਿਸੇ ਨੇ ਵੀ ਉਸ ਦੀ ਗੱਲ ਨਹੀਂ ਮੰਨੀ ਤੇ ਉਸ ਦੀ ਭੈਣ ਨੂੰ ਕਬਰ ਦੇ ਵਿੱਚ ਦਫਨਾ ਦਿੱਤਾ। ਤੇ ਜਦੋਂ ਸਾਰੇ ਜਣੇ ਕਬਰਸਤਾਨ ਤੋਂ ਚਲੇ ਗਏ ਤਾਂ ਉਸ ਦੀ ਭੈਣ ਨੇ ਕਬਰ ਨੂੰ ਦੁਬਾਰੇ ਖੋਦਿਆ ਤੇ ਆਪਣੀ ਭੈਣ ਨੂੰ ਬਾਹਰ ਕੱਢ ਲਿਆ। ਉਸ ਦਾ ਅੰਦਾਜ਼ਾ ਸਹੀ ਨਿਕਲਿਆ ਕਿਉਂਕਿ ਉਸ ਦੀ ਭੈਣ ਜਿਉਂਦੀ ਸੀ, ਤੇ ਜਿਸ ਔਰਤ ਨੂੰ ਮਰਿਆ ਹੋਇਆ ਡਿਕਲੇਅਰ ਕਰ ਦਿੱਤਾ ਸੀ, ਇਸ ਤੋਂ ਬਾਅਦ ਉਹ 47 ਸਾਲ ਹੋਰ ਉਸ ਨੇ ਜ਼ਿੰਦਗੀ ਜਿਉਈ ਅਤੇ 82 ਸਾਲ ਦੀ ਉਮਰ ਦੇ ਵਿੱਚ ਉਸ ਦੀ ਮੌਤ ਹੋਈ। ਡਿਜ਼ਨੀਲੈਂਡ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ, ਇਹ ਬੱਚਿਆਂ ਦੇ ਲਈ ਹੁੰਦਾ ਹੈ, ਪਰ ਰਸ਼ੀਆ ਦੇ ਵਿੱਚ ਰਸ਼ੀਆ ਮਿਲਟਰੀ ਡਿਜ਼ਨੀਲੈਂਡ ਖੁੱਲਣ ਵਾਲਾ ਹੈ, ਜਿੱਥੇ ਮਿਲਟਰੀ ਅਤੇ ਹਥਿਆਰਾਂ ਨੂੰ ਪਿਆਰ ਕਰਨ ਵਾਲੇ ਲੋਕ ਅਲੱਗ-ਅਲੱਗ ਤਰ੍ਹਾਂ ਦੇ ਮਿਲਟਰੀ ਦੇ ਹਥਿਆਰਾਂ ਨੂੰ ਚਲਾ ਕੇ ਦੇਖ ਸਕਦੇ ਨੇ। ਤੁਸੀਂ ਇਸ ਮਿਲਟਰੀ ਡਿਜ਼ਨੀਲੈਂਡ ਦੇ ਵਿੱਚ ਸਿਮੂਲੇਟਰ ਦਾ ਵੀ ਮਜ਼ਾ ਲੈ ਸਕਦੇ ਹੋ। ਹੁਣ ਅਸੀਂ ਤੁਹਾਨੂੰ ਜਿਹੜੇ ਫੁੱਲ ਦੀ ਫੋਟੋ ਦਿਖਾਵਾਂਗੇ ਇਹ ਦੇਖ ਕੇ ਤੁਹਾਨੂੰ ਆਪਣੀਆਂ ਅੱਖਾਂ ਦੇ ਉੱਪਰ ਯਕੀਨ ਨਹੀਂ ਹੋਵੇਗਾ। ਇਸ ਫੁੱਲ ਦਾ ਨਾਮ ਹੈ ਇੰਗੋਲੀਆ ਯੂਨੀਫਲੋਰਾ। ਇਸ ਫੁੱਲ ਦੀ ਸ਼ੇਪ ਕੁਦਰਤੀ ਰੂਪ ਵਿੱਚ ਅਜਿਹੀ ਹੈ ਜਿਵੇਂ ਕੋਈ ਬੱਚਾ ਪੰਘੂੜੇ ਦੇ ਵਿੱਚ ਸੌਂ ਰਿਹਾ ਹੋਵੇ। ਇਹ ਇੱਕ ਅਸਲੀ ਫੁੱਲ ਹੈ, ਜੇਕਰ ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਤੁਸੀਂ ਗੂਗਲ ਕਰਕੇ ਦੇਖ ਸਕਦੇ ਹੋ। ਈਗਲ ਨੂੰ ਬਹੁਤ ਦੂਰ ਤੱਕ ਤੇ ਬਹੁਤ ਜ਼ਿਆਦਾ ਉਚਾਈ ਤੇ ਉੱਡਣ ਵਾਲਾ ਪੰਛੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਬਹੁਤ ਉਚਾਈ ਦੇ ਉੱਪਰ ਉੱਡ ਸਕਦੇ ਨੇ। ਹਿਮਾਲਿਆ ਦੇ ਪਹਾੜਾਂ ਦੇ ਉੱਪਰ ਵੀ ਈਗਲ ਦੀ ਇੱਕ ਨਸਲ ਰਹਿੰਦੀ ਹੈ, ਤੇ ਜਿਹੜਾ ਤੁਸੀਂ ਇਹ ਮੈਪ ਦੇਖ ਰਹੇ ਹੋ ਇਸ ਦੇ ਵਿੱਚ ਜਿਹੜੀਆਂ ਨੀਲੀਆਂ ਲਾਈਨਾਂ ਨੇ ਇਹ ਸਾਰੀਆਂ ਉਸ ਈਗਲ ਦਾ ਹੀ ਰੂਟ ਹੈ। ਇਸ ਈਗਲ ਨੇ 20 ਸਾਲਾਂ ਦੇ ਵਿੱਚ ਇੰਨੀ ਜ਼ਿਆਦਾ ਦੂਰੀ ਤੈਅ ਕੀਤੀ ਹੈ, ਇਹ ਸਭ ਕੁਝ ਇਸ ਦੇ ਉੱਪਰ ਲਗਾਏ ਗਏ ਇੱਕ ਟਰੈਕਰ ਦੇ ਕਾਰਨ ਪਤਾ ਲੱਗ ਸਕਿਆ। GTA 5 ਨੂੰ ਦੁਨੀਆ ਦੀ ਅੱਜ ਤੱਕ ਸਭ ਤੋਂ ਰੀਅਲਿਸਟਿਕ ਗ੍ਰਾਫਿਕ ਵਾਲੀ ਗੇਮ ਮੰਨਿਆ ਜਾਂਦਾ ਹੈ। ਇਹ ਗੇਮ ਬਹੁਤ ਜ਼ਿਆਦਾ ਡਿਟੇਲਿੰਗ ਦੇ ਨਾਲ ਬਣਾਈ ਗਈ ਹੈ, ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਿਟੀ ਯਾਨੀ ਕਿ ਸ਼ਹਿਰਾਂ ਦੇ ਵਿੱਚ ਰਾਤ ਨੂੰ ਅਸਮਾਨ ਇੰਨਾ ਜ਼ਿਆਦਾ ਸਾਫ਼ ਦਿਖਾਈ ਨਹੀਂ ਦਿੰਦਾ ਜਿੰਨਾ ਸਾਫ਼ ਉਹ ਪਹਾੜਾਂ ਤੇ ਪਿੰਡਾਂ ਦੇ ਵਿੱਚੋਂ ਦਿਖਾਈ ਦਿੰਦਾ ਹੈ, ਕਿਉਂਕਿ ਉੱਥੇ ਪੋਲਿਊਸ਼ਨ ਬਹੁਤ ਘੱਟ ਹੁੰਦਾ ਹੈ। ਅਜਿਹਾ ਹੀ GTA 5 ਦੇ ਵਿੱਚ ਦਿਖਾਇਆ ਗਿਆ ਹੈ। ਇਸ ਦੇ ਵਿੱਚ ਵੀ ਸਿਟੀ ਦੇ ਅਸਮਾਨ ਨੂੰ ਕਾਫੀ ਪੋਲਿਊਸ਼ਨ ਵਾਲਾ ਦਿਖਾਇਆ ਗਿਆ ਹੈ। ਉੱਥੇ ਗੱਲ ਕਰੀਏ ਪਹਾੜਾਂ ਵਾਲੇ ਪਾਸੇ ਦੀ ਤਾਂ ਉੱਥੇ ਅਸਮਾਨ ਕਾਫੀ ਜ਼ਿਆਦਾ ਸਾਫ਼ ਦਿਖਾਈ ਦਿੰਦਾ ਹੈ। ਅੱਜ ਅਸੀਂ ਸਾਰੇ ਲੋਕ ਸੌਣ ਦੇ ਲਈ ਸਰਾਣੇ ਯਾਨੀ ਕਿ ਪਿੱਲੋ ਦੀ ਵਰਤੋਂ ਕਰਦੇ ਹਾਂ, ਤੇ ਅੱਜ ਦੁਨੀਆ ਦੇ ਵਿੱਚ ਕਈ ਵੱਖਰੇ ਵੱਖਰੇ ਅਤੇ ਅਜੀਬ ਕਿਸਮ ਦੇ ਸਰਾਣਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਹਾਲ ਹੀ ਦੇ ਵਿੱਚ ਖੁਦਾਈ ਦੇ ਦੌਰਾਨ ਇਜਿਪਟ ਦੇ ਵਿੱਚੋਂ ਇੱਕ ਨਿੱਕ ਸਪੋਟਰ ਮਿਲਿਆ ਹੈ, ਤੇ ਹੋਰ ਵੀ ਕਈ ਪ੍ਰੂਫ ਅਜਿਹੇ ਸਾਹਮਣੇ ਆਏ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਇਜਿਪਟ ਦੇ ਵਿੱਚ ਜੋ ਵੱਡੇ ਲੋਕ ਹੁੰਦੇ ਸਨ ਜਾਂ ਉੱਥੋਂ ਦੇ ਰਾਜੇ ਜਾਂ ਰਾਣੀਆਂ ਉਹ ਸੌਣ ਦੇ ਲਈ ਸਰਾਣਿਆਂ ਦੀ ਵਰਤੋਂ ਨਹੀਂ ਕਰਦੇ ਸਨ, ਸਰਾਣੇ ਦੀ ਥਾਂ ਤੇ ਉਹ ਸੌਣ ਦੇ ਲਈ ਨਿੱਕ ਸਪੋਟਰ ਦੀ ਵਰਤੋਂ ਕਰਦੇ ਸਨ ਤਾਂ ਕਿ ਉਹ ਸਵੇਰ ਉੱਠਣ ਸਮੇਂ ਫਰੈਸ਼ ਫੀਲ ਕਰ ਸਕਣ। ਕੀ ਤੁਹਾਨੂੰ ਪਤਾ ਹੈ ਕਿ ਇਸ ਦੁਨੀਆ ਦੇ ਵਿੱਚ ਇੱਕ ਅਜਿਹਾ ਕਬੂਤਰ ਵੀ ਹੈ ਜਿਸ ਦੀ ਕੀਮਤ 1.4 ਮਿਲੀਅਨ US ਡਾਲਰ ਹੈ? ਇਹ ਹੈ ਜੀ ਅਰਮਾਂਡੋ ਬੈਲਜੀਅਮ ਕਬੂਤਰ। ਇਸ ਨੂੰ ਇੱਕ ਚੀਨ ਦੇ ਬਿਜ਼ਨਸਮੈਨ ਨੇ 1.4 ਮਿਲੀਅਨ US ਡਾਲਰ ਦੇ ਵਿੱਚ ਖਰੀਦਿਆ ਹੈ। ਇਸ ਦੇ ਇੰਨਾ ਜ਼ਿਆਦਾ ਮਹਿੰਗਾ ਹੋਣ ਦਾ ਕਾਰਨ ਹੈ ਇਸ ਦਾ ਮਜੈਸਟਿਕ ਕਲਰ, ਇਸ ਦੀ ਪਰਫੈਕਟ ਸ਼ੇਪ ਅਤੇ ਖੰਭਾਂ ਦਾ ਡਿਜ਼ਾਈਨ, ਤੇ ਇਹੀ ਖੰਭਾਂ ਦੇ ਕਾਰਨ ਇਹ ਕਬੂਤਰ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਉੱਡ ਸਕਦਾ ਹੈ, ਤੇ ਇਸ ਦੀ ਸਭ ਤੋਂ ਵੱਡੀ ਖੂਬੀ ਹੈ ਇਸ ਦੀਆਂ ਅੱਖਾਂ ਜਿਹੜੀਆਂ ਕਿ ਲਾਵਾ ਰੂਬਿਕਸ ਕਲਰ ਦੀਆਂ ਨੇ। ਇਹ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਰੇਅਰ ਨੇ। ਹੁਣ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਕਿਵੇਂ ਪਤਾ ਕਰ ਸਕਦੇ ਹੋ ਕਿ ਸਾਹਮਣੇ ਵਾਲਾ ਇਨਸਾਨ ਸੱਚ ਬੋਲ ਰਿਹਾ ਹੈ ਜਾਂ ਝੂਠ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਜਦੋਂ ਕੋਈ ਇਨਸਾਨ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਤੇ ਤੁਹਾਨੂੰ ਲੱਗੇ ਕਿ ਇਹ ਝੂਠ ਬੋਲ ਰਿਹਾ ਹੈ ਤਾਂ ਤੁਸੀਂ ਉਸ ਦੀਆਂ ਅੱਖਾਂ ਦੇ ਵਿੱਚ ਬਿਲਕੁਲ ਵੀ ਨਾ ਦੇਖਣਾ। ਝੂਠ ਬੋਲਣ ਵਾਲਾ ਇਨਸਾਨ ਕੋਈ ਵੀ ਗੱਲ ਨੂੰ ਸ਼ਾਰਟ ਦੇ ਵਿੱਚ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਤੁਹਾਨੂੰ ਜ਼ਿਆਦਾ ਡਿਟੇਲ ਨਹੀਂ ਦੱਸੇਗਾ, ਤੇ ਦੂਜਾ ਜਦੋਂ ਕੋਈ ਇਨਸਾਨ ਝੂਠ ਬੋਲ ਰਿਹਾ ਹੋਵੇ ਤਾਂ ਉਹ ਉਸ ਦੇ ਵਿੱਚ ਮੈਂ ਦੀ ਵਰਤੋਂ ਬਹੁਤ ਘੱਟ ਕਰਦਾ ਹੈ ਯਾਨੀ ਕਿ ਉਹ ਆਪਣੇ ਆਪ ਨੂੰ ਉਸ ਦੇ ਵਿੱਚ ਬਹੁਤ ਘੱਟ ਲੈ ਕੇ ਆਉਂਦਾ ਹੈ। ਇਹ
ਇਹ ਜਿਹੜਾ ਤੁਹਾਨੂੰ ਆਪਣੀ ਸਕਰੀਨ ਦੇ ਉੱਪਰ ਦਿਸ ਰਿਹਾ ਹੈ ਇਹ ਕੋਈ ਆਮ ਸਪੀਅਰ ਨਹੀਂ ਬਲਕਿ ਬਹੁਤ ਜ਼ਿਆਦਾ ਖਾਸ ਹੈ। ਇਸ ਸਪੀਅਰ ਨੂੰ ਬਣਾਉਣ ਦੇ ਲਈ ਸਾਇੰਸਦਾਨਾਂ ਨੇ 1 ਮਿਲੀਅਨ ਤੋਂ ਵੱਧ ਦੀ ਸਿਲੀਕੋਨ 28 ਯੂਜ਼ ਕੀਤੀ ਹੈ ਪਰ ਹੁਣ ਇਸ ਦੀ ਕੀਮਤ 10 ਮਿਲੀਅਨ ਤੋਂ ਵੀ ਵੱਧ ਹੈ। ਇਸ ਦਾ ਕਾਰਨ ਸਿਲੀਕੋਨ ਜਾਂ ਕੋਈ ਹੋਰ ਮੈਟਲ ਨਹੀਂ ਹੈ, ਇਸ ਦੀ ਇੰਨੀ ਕੀਮਤ ਵੱਧ ਹੋਣ ਦਾ ਕਾਰਨ ਹੈ ਇਸ ਦੀ ਗੋਲ ਸ਼ੇਪ, ਕਿਉਂਕਿ ਦੁਨੀਆ ਦੇ ਵਿੱਚ ਇੰਨੀ ਜ਼ਿਆਦਾ ਗੋਲ ਚੀਜ਼ ਅੱਜ ਤੱਕ ਮੌਜੂਦ ਨਹੀਂ ਹੈ। ਅੱਜ ਤੱਕ ਦੁਨੀਆ ਦੇ ਵਿੱਚ ਇਸ ਤੋਂ ਜ਼ਿਆਦਾ ਗੋਲ ਆਬਜੈਕਟ ਨਹੀਂ ਬਣਿਆ, ਇਸ ਕਰਕੇ ਇਸ ਦੀ ਕੀਮਤ 10 ਮਿਲੀਅਨ ਡਾਲਰ ਹੈ। ਸਾਲ 1945 ਦੇ ਵਿੱਚ ਦੁਨੀਆ ਦਾ ਜੋ ਸਭ ਤੋਂ ਪਹਿਲਾ ਐਟਮ ਬੰਬ ਬਣਾਇਆ ਗਿਆ ਸੀ ਉਸ ਦਾ ਨਾਮ ਸੀ ਦਾ ਗੈਜਟ। ਇੰਡੀਆ ਦੇ ਵਿੱਚ ਹਜੇ ਵੀ ਕਈ ਥਾਵਾਂ ਅਜਿਹੀਆਂ ਨੇ ਜਿੱਥੇ ਕੋਈ ਬਿੱਲੀ ਰਸਤਾ ਕੱਟ ਜਾਵੇ ਤਾਂ ਉਸ ਨੂੰ ਬਹੁਤ ਜ਼ਿਆਦਾ ਮਾੜਾ ਸ਼ਗਨ ਮੰਨਿਆ ਜਾਂਦਾ ਹੈ, ਖਾਸ ਕਰਕੇ ਜੇਕਰ ਉਹ ਬਿੱਲੀ ਕਾਲੀ ਹੋਵੇ। ਪਰ ਜਾਪਾਨ ਦੇ ਵਿੱਚ ਅਜਿਹਾ ਨਹੀਂ ਹੈ, ਜਾਪਾਨ ਦੇ ਵਿੱਚ ਜੇਕਰ ਕਿਸੇ ਦਾ ਰਸਤਾ ਕਾਲੀ ਬਿੱਲੀ ਕੱਟਦੀ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਲੱਕੀ ਜਾਣੀ ਕਿ ਸ਼ੁਭ ਮੰਨਿਆ ਜਾਂਦਾ ਹੈ। ਨਾਸਾ ਨੇ ਜਦੋਂ ਮਾਰਸ ਦੇ ਉੱਪਰ ਲੈਂਡ ਕੀਤਾ ਸੀ ਤਾਂ ਇਸ ਦੀ ਖੁਸ਼ੀ ਦੇ ਵਿੱਚ ਸਵਿਟਰਲੈਂਡ ਦੇ ਪਹਾੜਾਂ ਦੇ ਉੱਪਰ ਲਾਈਟਾਂ ਦੇ ਨਾਲ ਨਾਸਾ ਦਾ ਲੋਗੋ ਬਣਾਇਆ ਗਿਆ ਸੀ। ਐਲਨ ਮਸਕ ਦੀ ਇੱਕ ਬਹੁਤ ਹੀ ਵੱਖਰੀ ਆਦਤ ਹੈ, ਉਹ ਹਰ 6 ਮਹੀਨਿਆਂ ਬਾਅਦ ਆਪਣਾ ਫੋਨ ਬਦਲ ਦਿੰਦੇ ਨੇ, ਚਾਹੇ ਫਿਰ ਉਹ ਸੇਮ ਟੂ ਸੇਮ ਹੀ ਫੋਨ ਲੈ ਲੈਣ ਪਰ ਫਿਰ ਵੀ ਉਹ 6 ਮਹੀਨੇ ਤੋਂ ਜ਼ਿਆਦਾ ਆਪਣੇ ਕੋਲ ਫੋਨ ਨਹੀਂ ਰੱਖਦੇ। ਉਹ ਅਜਿਹਾ ਇਸ ਲਈ ਕਰਦੇ ਨੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਕੋਈ ਉਹਨਾਂ ਦਾ ਡਾਟਾ ਚੋਰੀ ਨਾ ਕਰ ਲਵੇ। ਤੁਹਾਨੂੰ ਪਤਾ ਹੀ ਹੈ ਕਿ ਸਾਡੇ ਪੇਟ ਦੇ ਅੰਦਰ ਜਿਹੜਾ ਐਸਿਡ ਹੁੰਦਾ ਹੈ ਉਸ ਦੇ ਨਾਲ ਹੀ ਸਾਡਾ ਖਾਣਾ ਪਚਦਾ ਹੈ। ਇਹ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਸਾਡੇ ਪੇਟ ਦਾ ਐਸਿਡ ਕਿੰਨਾ ਜ਼ਿਆਦਾ ਤਾਕਤਵਰ ਹੁੰਦਾ ਹੈ। HCL ਤਾਂ ਸਾਰਿਆਂ ਨੂੰ ਪਤਾ ਹੀ ਹੋਵੇਗਾ ਜਿਹੜਾ ਕਿ ਇੱਕ ਬਹੁਤ ਜ਼ਿਆਦਾ ਸਟਰੋਂਗ ਐਸਿਡ ਹੈ। ਇੱਥੇ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਸਾਡੇ ਪੇਟ ਦਾ ਐਸਿਡ ਉਸ ਤੋਂ ਵੀ ਕਿਤੇ ਜ਼ਿਆਦਾ ਸਟਰੋਂਗ ਹੁੰਦਾ ਹੈ। ਸਾਡੇ ਪੇਟ ਦਾ ਐਸਿਡ ਇੰਨਾ ਜ਼ਿਆਦਾ ਸਟਰੋਂਗ ਹੁੰਦਾ ਹੈ ਕਿ ਇਹ ਸਟੀਲ ਤੱਕ ਨੂੰ ਵੀ ਪਘਲਾ ਸਕਦਾ ਹੈ ਤੇ ਸਾਡੇ ਪੇਟ ਦੀ ਚਮੜੀ ਇਸ ਨੂੰ ਝੱਲਣ ਦੀ ਸਮਰੱਥਾ ਵੀ ਰੱਖਦੀ ਹੈ। ਜਿੰਨੇ ਇੰਡੀਆ ਦੇ ਵਿੱਚ ਅਵਾਰਾ ਕੁੱਤੇ ਨੇ ਸ਼ਾਇਦ ਹੀ ਕਿਸੇ ਹੋਰ ਦੇਸ਼ ਦੇ ਵਿੱਚ ਹੋਣ ਤੇ ਇੰਡੀਆ ਤੋਂ ਵੱਧ ਸਭ ਤੋਂ ਜ਼ਿਆਦਾ ਅਵਾਰਾ ਕੁੱਤੇ ਬ੍ਰਾਜ਼ੀਲ ਦੇਸ਼ ਦੇ ਵਿੱਚ ਨੇ। ਬ੍ਰਾਜ਼ੀਲ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਸਟਰੀਟ ਡੌਗ ਯਾਨੀ ਕਿ ਅਵਾਰਾ ਕੁੱਤਿਆਂ ਦੇ ਲਈ ਇੱਕ ਪਿੰਡ ਹੀ ਬਣਾ ਦਿੱਤਾ। ਇਸ ਪਿੰਡ ਦੇ ਵਿੱਚ ਬਹੁਤ ਸਾਰੇ ਘਰ ਨੇ ਜਿਨ੍ਹਾਂ ਦੇ ਵਿੱਚ ਇਕੱਲੇ ਡੌਗ ਰਹਿੰਦੇ ਹਨ ਤੇ ਇੱਥੇ ਸਾਰੇ ਡੌਗ ਨੂੰ ਖਾਣਾ ਸਰਕਾਰ ਦਿੰਦੀ ਹੈ ਤੇ ਲੋਕ ਵੀ ਇੱਥੇ ਖਾਣਾ ਦਾਨ ਕਰ ਜਾਂਦੇ ਹਨ। ਕਮਾਲ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਕੁੱਤਿਆਂ ਦਾ ਪਿੰਡ ਦੇਖਣ ਲਈ ਬਹੁਤ ਸਾਰੇ ਟੂਰਿਸਟ ਵੀ ਇੱਥੇ ਆਉਂਦੇ ਹਨ ਤੇ ਉਹਨਾਂ ਪੈਸਿਆਂ ਦੇ ਨਾਲ ਵੀ ਇਹਨਾਂ ਕੁੱਤਿਆਂ ਦਾ ਖਾਣ ਪੀਣ ਦਾ ਖਰਚਾ ਨਿਕਲ ਜਾਂਦਾ ਹੈ। ਇਹ ਇੱਕ ਸਾਈਕੋਲੋਜੀਕਲ ਫੈਕਟ ਹੈ ਕਿ ਕੋਈ ਔਰਤ ਚਾਹੇ ਕਿੰਨੀ ਵੀ ਸੋਹਣੀ ਕਿਉਂ ਨਾ ਹੋਵੇ ਪਰ ਜੇਕਰ ਉਹ ਕਿਸੇ ਮੈਗਜ਼ੀਨ ਦੇ ਉੱਪਰ ਕਿਸੇ ਔਰਤ ਦੀ ਫੋਟੋ ਲੱਗੀ ਹੋਈ ਦੇਖੇਗੀ ਤਾਂ ਉਸ ਨੂੰ ਦੇਖਣ ਤੋਂ ਬਾਅਦ ਉਹ ਤਣਾਅ ਯਾਨੀ ਕਿ ਡਿਪਰੈਸ਼ਨ ਦੇ ਵਿੱਚ ਥੋੜੇ ਟਾਈਮ ਲਈ ਚਲੀ ਜਾਂਦੀ ਹੈ ਤੇ ਉਹ ਜ਼ਰੂਰ ਸੋਚੇਗੀ ਕਿ ਕਾਸ਼ ਮੈਂ ਵੀ ਅਜਿਹੀ ਦਿਖਾਈ ਦਿੰਦੀ ਤੇ ਅਜਿਹੀ ਡਰੈਸ ਹੀ ਮੇਰੇ ਕੋਲ ਹੁੰਦੀ। ਚਾਹੇ ਉਹ ਮੈਗਜ਼ੀਨ ਦੇ ਉੱਪਰ ਲੱਗੀ ਹੋਈ ਔਰਤ ਦੀ ਫੋਟੋ ਤੋਂ ਵੀ ਕਿਤੇ ਜ਼ਿਆਦਾ ਸੋਹਣੀ ਹੋਵੇ ਤੇ ਉਸ ਤੋਂ ਵਧੀਆ ਹੀ ਕਿਤੇ ਉਸ ਦੇ ਕੋਲ ਚਾਹੇ ਡਰੈਸ ਹੋਵੇ ਫਿਰ ਵੀ ਉਹ ਅਜਿਹਾ ਜ਼ਰੂਰ ਸੋਚੇਗੀ। ਜੇਕਰ ਤੁਸੀਂ ਕਿਸੇ ਜਵੈਲਰੀ ਸ਼ਾਪ ਤੇ ਜਾਂਦੇ ਹੋ ਤਾਂ ਤੁਸੀਂ ਉੱਥੇ ਧਿਆਨ ਦਿੱਤਾ ਹੋਣਾ ਕਿ ਉੱਥੇ ਸਾਰੇ ਸੋਨੇ ਦੇ ਗਹਿਣਿਆਂ ਦੀ ਅਲੱਗ-ਅਲੱਗ ਕੈਰਟ ਦੇ ਹਿਸਾਬ ਦੇ ਨਾਲ ਕੀਮਤ ਦੱਸੀ ਜਾਂਦੀ ਹੈ। ਹੁਣ ਤੁਹਾਨੂੰ ਦੱਸ ਦਿਆਂ ਕਿ ਕੈਰਟ ਕੀ ਹੁੰਦਾ ਹੈ। ਕੈਰਟ ਉਹ ਚੀਜ਼ ਹੈ ਜਿਹੜਾ ਕਿ ਸੋਨੇ ਦੀ ਸ਼ੁੱਧਤਾ ਦੀ ਮਾਤਰਾ ਦੱਸਦਾ ਹੈ, ਮਤਲਬ ਜੇਕਰ ਸੋਨਾ 24 ਕੈਰਟ ਦਾ ਹੈ ਤਾਂ ਉਹ ਪੂਰੀ ਤਰ੍ਹਾਂ ਨਾਲ ਪਿਓਰ ਯਾਨੀ ਕਿ ਸ਼ੁੱਧ ਹੈ, ਜਿਸ ਨੂੰ ਕਿ 100% ਪਿਓਰ ਸੋਨਾ ਕਿਹਾ ਜਾਂਦਾ ਹੈ, ਪਰ ਉਸ ਦੇ ਵਿੱਚ ਵੀ 99.9% ਹੀ ਸੋਨਾ ਹੁੰਦਾ ਹੈ। ਪਰ ਇਸ ਸੋਨੇ ਨੂੰ ਹੀ ਸਭ ਤੋਂ ਜ਼ਿਆਦਾ ਪਿਓਰ ਮੰਨਿਆ ਜਾਂਦਾ ਹੈ। ਜੇਕਰ 24 ਕੈਰਟ ਸੋਨੇ ਦੇ ਗਹਿਣੇ ਬਣਾਏ ਜਾਣ ਤਾਂ ਬਹੁਤ ਜ਼ਿਆਦਾ ਕਮਜ਼ੋਰ ਬਣਨਗੇ ਕਿਉਂਕਿ ਸੋਨਾ ਕੁਦਰਤੀ ਰੂਪ ਦੇ ਵਿੱਚ ਬਹੁਤ ਜ਼ਿਆਦਾ ਸੌਫਟ ਹੁੰਦਾ ਹੈ। ਜ਼ਿਆਦਾਤਰ ਗਹਿਣੇ 22 ਕੈਰਟ ਦੇ ਸੋਨੇ ਦੇ ਬਣਦੇ ਹਨ। ਤੁਸੀਂ 9.16 ਸੋਨਾ ਵੀ ਜ਼ਰੂਰ ਸੁਣਿਆ ਹੋਵੇਗਾ। ਇਹ 22 ਕੈਰਟ ਵਾਲਾ ਸੋਨਾ ਹੀ 9.16 ਹੁੰਦਾ ਹੈ। ਬਾਕੀ ਸਿਲਵਰ ਜਾਂ ਹੋਰ ਕਈ ਮੈਟਲ 18 ਤੇ 22 ਕੈਰਟ ਦੇ ਵਿੱਚ ਵੀ ਆਉਂਦੇ ਹਨ। ਕੋਵਿਡ ਦੇ ਵਿੱਚ ਆਪਾਂ ਦੇਖਿਆ ਸੀ ਕਿਵੇਂ ਇੰਡੀਆ ਦੇ ਵਿੱਚ ਆਕਸੀਜਨ ਦੀ ਕਮੀ ਹੋ ਗਈ ਸੀ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਆਕਸੀਜਨ ਤਾਂ ਸਾਡੇ ਚਾਰੇ ਪਾਸੇ ਹੈ, ਫਿਰ ਇਸ ਨੂੰ ਕਿਉਂ ਨਹੀਂ ਵਰਤਿਆ ਜਾਂਦਾ? ਸਿਲੰਡਰ ਵਾਲੀ ਆਕਸੀਜਨ ਅਤੇ ਕੁਦਰਤੀ ਆਕਸੀਜਨ ਦੇ ਵਿੱਚ ਕੀ ਫਰਕ ਹੈ? ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਹਵਾ ਦੇ ਵਿੱਚ ਆਕਸੀਜਨ ਸਿਰਫ 21% ਹੁੰਦੀ ਹੈ, 78% ਇਸ ਦੇ ਵਿੱਚ ਨਾਈਟ੍ਰੋਜਨ ਹੁੰਦੀ ਹੈ ਤੇ ਜਿਹੜਾ ਆਕਸੀਜਨ ਦਾ ਸਿਲੰਡਰ ਹੁੰਦਾ ਹੈ ਉਸ ਦੇ ਵਿੱਚ 98% ਆਕਸੀਜਨ ਹੀ ਹੁੰਦੀ ਹੈ, ਜਿਸ ਨੂੰ ਕਿ ਬਹੁਤ ਜ਼ਿਆਦਾ ਕੰਪਰੈਸ ਕਰਕੇ ਪਾਇਆ ਜਾਂਦਾ ਹੈ ਤੇ ਐਮਰਜੈਂਸੀ ਦੇ ਦੌਰਾਨ ਉਸ ਨੂੰ ਵਰਤਿਆ ਜਾਂਦਾ ਹੈ। ਐਮਰਜੈਂਸੀ ਦੇ ਦੌਰਾਨ ਮਰੀਜ਼ ਇੰਨਾ ਜ਼ਿਆਦਾ ਕੈਪੇਬਲ ਨਹੀਂ ਹੁੰਦਾ ਕਿ ਉਹ ਵਾਤਾਵਰਨ ਦੇ ਵਿੱਚ ਮੌਜੂਦ 21% ਆਕਸੀਜਨ ਨੂੰ ਵਰਤ ਕੇ ਜਿਉਂਦਾ ਰਹਿ ਸਕੇ। ਅਜਿਹੇ ਦੇ ਵਿੱਚ ਉਸ ਨੂੰ ਪਿਓਰ ਸਿਲੰਡਰ ਵਾਲੀ ਆਕਸੀਜਨ ਹੀ ਚਾਹੀਦੀ ਹੁੰਦੀ ਹੈ। ਇਹ ਸਨ ਜੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਉਸ ਦੇ ਬਾਰੇ ਕੁਝ ਰੌਚਕ ਤੱਤ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ Facebook ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।